ਖਬਰ ਲੈਂਦੇ ਹਾਂ ਸੁਲਤਾਨਪੁਰ ਲੋਧੀ ਤੋਂ, ਜਿੱਥੇ ਸਾਵਣ ਦੇ ਮਹੀਨੇ ਵਿੱਚ ਆਪਣੇ ਵਿਰਸੇ ਨੂੰ ਸੰਭਾਲਦੇ ਹੋਏ ਪਿੰਡ ਮੇਵਾ ਸਿੰਘ ਵਾਲਾ ਦੀ ਕੁੜੀਆਂ ਵੱਲੋਂ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਕੁੜੀਆਂ ਨੇ ਖੂਬ ਗਿੱਧਾ ਪਾ ਕੇ ਰੌਣਕਾਂ ਲਗਾਈਆਂ। ਇਸ ਦੇ ਨਾਲ ਹੀ ਪੰਜਾਬੀ ਵਿਰਸੇ ਨੂੰ ਦਿਖਾਉਂਦੇ ਹੋਏ ਲੜਕੀਆਂ ਵੱਲੋਂ ਪੱਖੀ, ਫੁਲਕਾਰੀ, ਚਰਖਾ ਆਦਿ ਹੋਰ ਸਮਾਨ ਨਾਲ ਪ੍ਰਦਰਸ਼ਨੀ ਦੇ ਰੂਪ ਵਿੱਚ ਸਜਾਵਟ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੋਮਲਪ੍ਰੀਤ ਨੇ ਤੀਆਂ ਦੇ ਤਿਉਹਾਰ ਬਾਰੇ ਦੱਸਦੇ ਹੋਏ ਕਿਹਾ ਕਿ ਮੇਰਾ ਨਾਂ ਕੋਮਲਪ੍ਰੀਤ ਕੌਰ ਆ। ਇਹ ਸਾਉਣ ਦਾ ਮਹੀਨਾ, ਇਸ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ, ਪਰ ਅੱਜ ਕੱਲ੍ਹ ਅਲੋਪ ਹੋ ਰਿਹਾ ਵਾ। ਅਸੀਂ ਇੱਕ ਨਵੀਂ ਸ਼ੁਰੂਆਤ ਕੀਤੀ ਆ ਸਾਰੇ ਪਿੰਡ ਮੇਵਾ ਸਿੰਘ ਵਾਲੇ ਨੇ ਮਿਲ ਕੇ ਤੀਆਂ ਦਾ ਤਿਉਹਾਰ ਮਨਾਉਣ ਦੇ ਲਈ, ਪਰ ਇਹ ਸਾਨੂੰ ਅੱਜ ਕੱਲ੍ਹ ਅਲੋਪ ਹੋ ਰਿਹਾ, ਕਿਤੇ ਕਿਤੇ ਦੇਖਣ ਨੂੰ ਮਿਲ ਰਿਹਾ। ਸੋ ਅਸੀਂ ਇੱਕ ਨਵੀਂ ਸ਼ੁਰੂਆਤ ਕੀਤੀ ਆ ਤਾਂ ਜੋ ਆਉਣ ਵਾਲੀ ਜਨਰੇਸ਼ਨ ਨੂੰ ਤੀਆਂ ਦੇ ਤਿਉਹਾਰ ਬਾਰੇ ਪਤਾ ਲੱਗੇ। ਧੰਨਵਾਦ।